लुधियाना के अमरपुरा इलाके दे विच भेतभरी हालत दे विच एक बैंक कर्मचारी की लाश मिली सी। जिक्रयोग है कि बैंक मैनेजर विनोद कुमार की लाश मिलने तो बाद पुलिस जिथे मामले की जांच पड़ताल करने विच लगी हुई है कि यह आत्महत्या है जां फिर कतल, उते ही परिवार हुण सामने आया है ते उन्होंने इंसाफ की मांग की है। परिवार ने कतल का शक जताया है। जिक्रयोग है कि परिवार ने दोष लगाते हुए कहा है कि विनोद कुमार का कतल किया गया है। परिवार का कहना है कि उसका कतल कर उसकी लाश न दरवाजे के नाल लटका दिता गया। ब्यूरो रिपोर्ट आज दी आवाज़। एक जो थोड़े ब्रदर की मौत हुई है बैंक के अधिकारी सके की कहना जी उसके की कारण बने और क्यों हुई है? सर उन्हों की मौत का मेन कारण उन्हों का मर्डर किया गया। कारण यह है कि वो बैंक के चीफ मैनेजर पोस्ट पर सीनियर अधिकारी सी और बैंकों के जिहड़ी सैटलमेंट हुंदी है रिकवरी की वो कराते सैटलमेंट भी करते लोन माफ़ भी करा देंदे सी और रिकवरी करनी हुंदी सी उन्होंने कि जिस तरह बैंक का तो एक कंज्यूमर का मेल मिलाप बनया रहे तो एवें दे चक्कर च उन्होंने करोड़ों रुपया बैंक लिए रिकवर कराया तो कई केस दर्ज भी कराए जिन्होंने पैसे नहीं रिकवर कराए वो बैंक के थ्रू जो उन्होंने ड्यूटी बनती सी कि बैंक का पैसा बैंक को मिले चाहे प्रॉपर्टी अगले दे वेची जाए वो बैंक जो मर्जी करे पर केस दर्ज कराना इन्ना वल्लों हुंदा सी। सानू ये है शक कि कुछ लोग जिन्होंने करोड़ों रुपया करोड़ों के हिसाब नाल बैंक का पैसा गबन किया होया सी जदों उन्हां ते केस दर्ज होए तो वह सारे दुश्मन बन गए और दुश्मनी कढ़न का यह कोई एक वखरा इन्होंने ढंग लभ्या कि जिहड़ा साडे भरा नूं मेरे वड्डे भाई नूं उन्होंने मौत के घाट उतार दिता है। ਕੀ ਤੁਹਾਡਾ ਕੋਈ ਇਨਵੈਸਟੀਗੇਸ਼ਨ ਤੋਂ ਲੈ ਕੇ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੋਵੇ ਜਾਂ ਬੈਂਕ ਦੇ ਅਧਿਕਾਰੀਆਂ ਜਾਂ ਕੁਝ ਹੋਰ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੈ ਕਿ ਇਹ ਮਰਡਰ ਹੈ ਜਾਂ ਆਤਮਹੱਤਿਆ ਨਹੀਂ ਹੈ? ਸਰ ਮੇਰੀ ਪੁਲਿਸ ਨੂੰ ਲੈ ਕੇ ਗੱਲ ਹੋਈ ਸੀ ਪਰ ਸਾਨੂੰ ਕੋਈ ਮਜ਼ਾ ਨਹੀਂ ਆਇਆ। ਜਦੋਂ ਅਸੀਂ ਪੁਲਿਸ ਇੰਸਪੈਕਟਰ ਸਾਹਿਬ ਨੂੰ ਮਿਲੇ ਹਾਂ ਉਹਨਾਂ ਨੂੰ ਪੁੱਛਿਆ ਕਿ ਬਈ ਤੁਸੀਂ ਤਫਤੀਸ਼ ਕੀਤੀ ਕੀ ਤੁਹਾਨੂੰ ਮਿਲਿਆ? ਉਹਨਾਂ ਨੇ ਬਿਨਾਂ ਕਿਸੇ ਰਿਪੋਰਟ ਦੇ ਆਉਂਦੇ ਜੀ ਕਹਿੰਦੇ ਸੁਸਾਈਡ ਕੇਸ ਹੈ ਹੋਰ ਕੁਛ ਨਹੀਂ ਹੈ। ਪਰ ਮੈਂ ਜਦੋਂ ਉਹਨਾਂ ਕੋਲੋਂ ਪੁੱਛਿਆ ਕਿ ਬਈ ਇਹਨਾਂ ਦੇ ਪੈਰ ਵੀ ਬੰਨੇ ਹੋਏ ਸੀ ਹੱਥ ਵੀ ਬੰਨੇ ਹੋਏ ਸੀ, ਹੱਥ ਇਸ ਹਿਸਾਬ ਨਾਲ ਬੰਨੇ ਹੋਏ ਸੀਗੇ ਪੈਰ ਵੀ ਨੀਚੋਂ ਬੰਨੇ ਹੋਏ ਅਤੇ ਇੱਥੋਂ ਧੋਣ ਦੇ ਪਿਛਲੇ ਪਾਸੋਂ ਇੱਥੋਂ ਜਿਵੇਂ ਕੋਈ ਧੂ ਕੇ ਲੈ ਕੇ ਜਾਂਦਾ। 6 ਫੁੱਟ ਕੱਦ ਸੀ ਮੇਰੇ ਵੀਰ ਦਾ ਅਤੇ ਤਕਰੀਬਨ 6.5 ਫੁੱਟ ਦੇ ਪੱਲੇ 'ਤੇ ਮਸਾ ਕਰਕੇ ਹੀ ਜਿਵੇਂ ਕਿਸੇ ਨੇ ਪਿੱਛੋਂ ਦੀ ਇੱਕ ਨਾਇਲੋਨ ਦੀ ਰੱਸੀ ਨਾਲ ਟੰਗਿਆ ਹੁੰਦਾ ਉਹ ਸੀ। ਪਰ ਇਹ ਜਿਹੜੀ ਗੱਲ ਸਾਨੂੰ ਪੁਲਿਸ ਵਾਲਿਆਂ ਨੇ ਨਾ ਸਾਨੂੰ ਮੌਕਾ ਵੇਖਣ ਦਿੱਤਾ ਅਤੇ ਨਾ ਹੀ ਕੋਈ ਕੁਛ, ਸਿਰਫ ਕੀ ਹੈ ਉਹ ਕਹਿੰਦੇ ਜੀ ਇਹ ਸੁਸਾਈਡ ਹੈ। ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਿੰਨੇ ਪੈਰ ਬੰਨੇ ਹੱਥ ਬੰਨੇ ਉਹ ਜੇ ਹੱਥ ਇੱਥੇ ਬੰਨ ਲਏ ਤਾਂ ਧੋਣ ਨੂੰ ਕਿਵੇਂ ਫਾਇਆ ਦੇ ਦੇਗਾ? ਧੋਣ ਨੂੰ ਫਾਇਆ ਨਹੀਂ ਦਿੱਤਾ ਜਾ ਸਕਦਾ, ਇਹਦੇ ਵਿੱਚ ਪੁਲਿਸ ਆਪਣੇ ਪ੍ਰੋਪਰ ਕੰਮ ਨਹੀਂ ਕਰ ਰਹੀ। ਤੁਸੀਂ ਇੱਕ ਉਹ ਮੰਨਦੇ ਹੋ ਵੀ ਆਸ਼ੰਕਾ ਮੰਨਦੇ ਹੋ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜਾ ਇਹ ਮਾਮਲਾ ਹੈ ਕਿਉਂਕਿ ਉਹਨਾਂ ਨੇ ਜਿਹੜੇ ਅੰਡਰ ਗਾਰਮੈਂਟਸ ਬੋਡੀ ਦੇ ਉੱਪਰ ਪਾਏ ਸੀ ਉਹ ਲੇਡੀਜ਼ ਗਾਰਮੈਂਟਸ? ਹਾਂਜੀ ਬਿਲਕੁਲ ਬਿਲਕੁਲ, ਅਲੱਗ ਤਰ੍ਹਾਂ ਦਾ ਇੱਕ ਮੈਟਰ ਹੈ ਸਰ। ਇਹ ਇਨਵੈਸਟੀਗੇਸ਼ਨ ਤੁਸੀਂ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਜਾਂ ਕਰਨ ਜਾ ਰਹੇ? ਸਰ ਮੈਂ ਤੁਹਾਨੂੰ ਉਹੀ ਦੱਸਣ ਜਾ ਰਿਹਾ ਕਿ ਇਹ ਕੋਈ ਬਹੁਤ ਵੱਡਾ ਇਹਦੇ ਪਿੱਛੇ ਹੱਥ ਹੈ ਕਿਸੇ ਗਰੋਹ ਦਾ, ਕਿਉਂਕਿ ਇਹ ਕਿਸੇ ਨੇ ਬਹੁਤ ਤਗੜੀ ਇਹ ਦੁਸ਼ਮਣੀ ਕੱਢੀ ਲਗਾ ਲਓ, ਇਹ ਇੱਕ ਬੰਦੇ ਦਾ ਕੰਮ ਨਹੀਂ ਹੈ। ਇਹ ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਸ ਗਰੋਹ ਨੂੰ ਜਲਦ ਤੋਂ ਜਲਦ ਫੜੋ, ਹਿਰਾਸਤ 'ਚ ਲਓ, ਕਿਉਂਕਿ ਅੱਜ ਇੱਕ ਆਮ ਬੰਦਾ ਨਹੀਂ ਮਰਿਆ, ਇਹ ਇੱਕ ਭਾਰਤ ਸਰਕਾਰ ਦਾ ਇੱਕ ਹੋਣਹਾਰ ਜ਼ਿੰਮੇਵਾਰ ਨਾਗਰਿਕ ਦੇ ਨਾਲ ਸੇਵਾਦਾਰ ਸੀ, ਕਿਉਂਕਿ ਜਿਹੜਾ ਸਰਕਾਰੀ ਗੌਰਮੈਂਟ ਹੈ ਉਹ ਸਰਕਾਰੀ ਸੇਵਾਦਾਰ ਹੈ। ਉਹ ਸੇਵਾਦਾਰ ਦੀ ਇੱਕ ਮੌਤ ਹੋਈ ਹੈ ਔਰ ਕੀਤੀ ਕ੍ਰਿਮੀਨਲਾਂ ਨੇ ਜਿਹੜੇ ਅੱਜ ਸ਼ਰੇਆਮ ਘੁੰਮ ਰਹੇ ਨੇ। ਕਿਉਂ ਕੀਤੀ? ਕਿ ਬਈ ਉਹ ਪੁਲਿਸ ਨਾਲ ਜਾਂ ਸੌਰੀ ਜਿਹੜੇ ਆਪਣੇ ਹੈਗੇ ਨੇ ਨਗਰ ਕੌਂ ਨਹੀਂ ਜਿਹੜੇ ਆਪਣੇ ਬੰਦੇ ਹੈਗੇ ਨੇ ਦੁਨੀਆ ਦੇ ਜਿਹੜੇ ਲੋਨ ਲੈ ਲੈਂਦੇ ਪੈਸੇ ਨਹੀਂ ਦਿੰਦੇ ਕ੍ਰਿਮੀਨਲਸ ਨਾਲ ਉਹਨਾਂ ਨੇ ਨਰਮ ਵਿਵਹਾਰ ਨਹੀਂ ਕੀਤਾ। ਉਹਨਾਂ ਨੇ ਜੋ ਕਾਨੂੰਨ ਕਾਰਵਾਈ ਬਣਦੀ ਸੀਗੀ ਉਹ ਕਰਵਾਈ ਪੁਲਿਸ ਨੂੰ ਨਾਲ ਲੈ ਕੇ। ਪਰ ਅੱਜ ਜੋ ਸਾਨੂੰ ਇਨਸਾਫ ਦੀ ਮੰਗ ਹੈ ਕਿ ਬਈ ਅੱਜ ਇੱਕ ਸ਼ਰੀਫ ਬੰਦੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸਭ ਕੁਝ ਕੀਤਾ ਅਤੇ ਅੱਜ ਉਹਦੇ ਨਾਲ ਪੁਲਿਸ ਸਹੀ ਤਰੀਕੇ ਨਾਲ ਨਹੀਂ ਇਨਸਾਫ ਦਵਾਰੀ। ਸਾਨੂੰ ਇਹ ਹੈ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਇਹਨਾਂ ਕੇਸ ਦੇ ਵਿੱਚ ਸੋਲਵ ਆਊਟ ਕਰਾਏ ਕਿ ਇਹਦੇ ਵਿੱਚ ਕਿਹੜਾ ਕਿਹੜਾ ਬੰਦਾ ਇਨਵੋਲਵ ਹੈਗਾ,
कौन कौन किन्ने किन्ने हो सकता कि उन्होंने किसी फोन के जरिए ब्लैकमेल करके काम करवाया हो सकता कि जिस कमरे में रहते सी वो कमरे में कुछ लोग पहला ही तैनात हो सानू इस चीज़ बारे कुछ अजे नहीं दसा गया। ब्रदर कुछ समय पहले गल हुई कोई परेशान हो या कितों गल हुई? हाँ जी मेरी जी मौत तो एक दिन पहला उस रात ही गल हुई है 9:30 बजे तकरीबन रात दे साढ़ी अद्धा पौना घंटा गल हुई। मेरी अक्सर उन्होंने गल हुंदी सी बड़े खुश सी कोई एड्डी नहीं साडा एक कोठी पई है खरड़ असी उनका थोड़ा सौदा करन जाना सी असी शनिवार का समा रखा सी मीनस एक रुपये की सानू चिंता नहीं बैंक ऑफिसर सीगे भाभी जी साढ़े लैक्चर ने कोई पैसे की कमी नहीं सानू किसी तरह का कोई किसी नाल साड़ी दुश्मनी नहीं सी सिर्फ ठीक है नौकरी हर बंदे ने करनी है जो सानू सरकार आदेश देगी असी तो वह करना है ठीक है बाकी असी किसी के परसनल दुश्मन नहीं है किसी बंदे दे। ਜੇਕਰ ਤੁਹਾਨੂੰ ਇੰਨੀ ਸਾਫ਼ ਨਹੀਂ ਮਿਲਦਾ ਤੁਸੀਂ ਅਗਲੀ ਰਣਨੀਤੀ ਬਣਾਈ ਹੈ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਜਾਂ ਇਸ ਤੋਂ ਭਰਾ ਦਾ ਜਿਹੜਾ ਇਨਸਾਫ ਦਿਵਾਉਣ ਲਈ ਕੋਈ ਅਗਲਾ ਸਟੈਪ ਚੁੱਕੋ? ਸਰ ਬਿਲਕੁਲ ਜੀ ਜੇ ਸਾਨੂੰ ਇਨਸਾਫ਼ ਨਹੀਂ ਮਿਲੇਗਾ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ SHO ਸਾਹਿਬ ਨੇ 2 ਨੰਬਰ ਡਿਵੀਜ਼ਨ ਦੇ ਉਹਨਾਂ ਤੱਕ ਅਸੀਂ ਸੋਚਿਆ ਕਿ ਹੱਥ ਜੋੜ ਕੇ ਬੇਨਤੀ ਕਿ ਉਹ ਦਵਾ ਦੇਣ ਨਹੀਂ ਦਵਾਉਣਗੇ ਅਸੀਂ ਉਹਨਾਂ ਤੋਂ ਉੱਚ ਅਧਿਕਾਰੀਆਂ ਕੋਲ ਜਾਵਾਂਗੇ CBI ਦੇ ਵਿੱਚ ਵੀ ਜਾਵਾਂਗੇ ਕਿਉਂ ਅਸੀਂ ਇੱਕ ਸਾਡਾ ਭਰਾ ਹੀ ਨਹੀਂ ਇੱਕ ਬਿਲਕੁਲ ਜ਼ਿੰਮੇਵਾਰ ਨਾਗਰਿਕ ਕੈਨਰਾ ਬੈਂਕ ਦਾ ਇੱਕ ਆਫਿਸਰ ਦੀ ਡੈਥ ਹੋਈ ਹੈ ਔਰ ਕੈਨਰਾ ਬੈਂਕ ਦੇ ED ਮੈਡਮ ਨਾਲ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਅਸੀਂ ਵੀ ਜਿਹੜੇ ਦੋਸ਼ੀ ਉਹਨਾਂ ਨੂੰ ਜਾਨ ਨਹੀਂ ਦਾਂਗੇ ਪੂਰਾ ਬੈਂਕ ਸਾਡੇ ਨਾਲ ਸਪੋਰਟ ਵਿੱਚ ਖੜਾ ਹੈ ਉਹ ਕਹਿੰਦੇ ਜਿੱਥੇ ਤੁਹਾਨੂੰ ਜਿਵੇਂ ਦੀ ਜ਼ਰੂਰਤ ਪਏਗੀ ਚਾਹੇ ਸਾਨੂੰ ਮਾਨ ਸਰਕਾਰ ਨਾਲ ਭਗਵੰਤ ਮਾਨ ਸਰਕਾਰ ਤੱਕ ਪਹੁੰਚਣਾ ਪਏ ਸਾਨੂੰ ED ਮੈਡਮ ਕਹਿੰਦੇ ਅਸੀਂ ਉੱਥੋਂ ਤੱਕ ਤੁਹਾਨੂੰ ਲੈ ਕੇ ਜਾਵਾਂਗੇ ਪਰ ਇਨਸਾਫ਼ ਜ਼ਰੂਰ ਦਵਾਵਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਰੁਣ ਕੁਮਾਰ ਹੈ ਜੀ। ਅੱਜ ਕੀ ਨਾਮ ਹੈ ਤੁਹਾਡਾ ਔਰ ਕੱਲ੍ਹ ਜਿਹੜਾ ਪਰਸੋਂ ਜਿਹੜਾ ਇੱਕ ਹੋਇਆ ਇੰਸੀਡੈਂਟ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰਾ ਜੀ ਵਿਮਲ ਨਾਮ ਹੈ ਜੀ। ਜਿਹੜਾ ਇੰਸੀਡੈਂਟ ਹੋਇਆ ਇਹ ਮੇਰਾ ਵੱਡਾ ਭਰਾ ਸੀ ਇਹ ਸਾਡੇ ਨਾਲ ਬਹੁਤ ਧੱਕਾ ਹੋ ਗਿਆ ਜੀ ਜਿਹੜਾ ਕਿ ਲੋਕ ਕਹਿ ਰਹੇ ਨੇ ਕਿ ਉਹਨੇ ਸੁਸਾਈਡ ਕੀਤਾ ਪਰ ਜੇ ਉਹਨਾਂ ਦੇ ਹੱਥ ਪੈਰ ਬੰਨੇ ਹੋਏ ਨੇ ਤਾਂ ਉਹ ਸੁਸਾਈਡ ਕਿੱਦਾਂ ਕਰ ਸਕਦੇ ਨੇ? ਹਾਈਟ ਉਹਨਾਂ ਦੀ ਆਪਣੀ 6 ਫੁੱਟ ਦੇ ਨੇੜੇ ਹੈਗੀ ਹੈ ਅਤੇ 6.25 ਫੁੱਟ 6.5 ਫੁੱਟ ਦਾ ਦਰਵਾਜ਼ਾ ਜੀ ਜਿੱਥੇ ਕਹਿੰਦੇ ਉਹਨਾਂ ਨੇ ਲਟਕ ਕੇ ਸੁਸਾਈਡ ਕਰ ਲਿਆ। ਜਿਹੜੇ ਬੰਦੇ ਹੱਥ ਪੈਰ ਹੀ ਬੰਨੇ ਹੋਏ ਆ ਉਹ ਆਪਣੇ ਆਪ ਨੂੰ ਕਿੱਦਾਂ ਹੈਂਗਿੰਗ ਕਰੇਗਾ? ਇਹ ਸਰਾਸਰ ਕੋਈ ਸਾਜਿਸ਼ ਹੈ ਜੀ, ਰੰਜਿਸ਼ ਕਿਸੇ ਨੇ ਕੱਢੀ ਹੈ ਸਾਡੇ ਭਰਾ ਨਾਲ। ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੈ। ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਕੀਤਾ ਜਾਏ, ਜੋ ਕਿ ਉਹਦੇ ਪਰਿਵਾਰ ਨੂੰ ਅੱਗੋਂ ਤੁਹਾਡੇ ਤੋਂ ਇਨਸਾਫ਼ ਦੀ ਉਮੀਦ ਹੈ, ਸਾਨੂੰ ਇਨਸਾਫ਼ ਦਿੱਤਾ ਜਾਏ। ਇਹ ਅਸੀਂ ਬੈਂਕ ਅਧਿਕਾਰੀਆਂ ਵਾਲੇ ਵੀ ਆਪਣੇ ਵੱਲੋਂ ਰਿਕੁਐਸਟ ਕਰਦੇ ਹਾਂ ਕਿ ਸਾਡਾ ਸਾਥ ਦੇਣ ਅਤੇ ਸਾਡੇ ਭਰਾ ਨੂੰ ਇਨਸਾਫ਼ ਲੈ ਕੇ ਦਿੱਤਾ ਜਾਏ, ਕਿਉਂਕਿ ਉਹ ਇੱਕ ਆਮ ਇਨਸਾਨ ਨਹੀਂ ਸੀ, ਉਹ ਇੱਕ ਬੈਂਕ ਦਾ ਸੀਨੀਅਰ ਆਫਿਸਰ ਸੀ। ਉਹਨੇ ਬੈਂਕ ਪ੍ਰਤੀ ਬੜੀ ਵਫਾਦਾਰੀਆਂ ਨਿਭਾਈਆਂ ਜੀ, ਬੜੇ ਉਹਨਾਂ ਨੇ ਜਿਹੜੇ ਕੋਈ ਗਵਨ ਸੀ ਲੋਕਾਂ ਨੇ ਕੀਤੇ ਹੋਏ, ਕਿਸੇ ਨੇ ਪੈਸੇ ਮਾਰੇ ਹੋਏ ਸੀ, ਉਹਨਾਂ ਨੇ ਬੈਂਕ ਦੀ ਰਿਕਵਰੀਆਂ ਕਰਾ ਕੇ ਦਿੱਤੀਆਂ। ਅੱਜ ਜੇ ਉਹਨਾਂ ਨੂੰ ਇਨਸਾਫ਼ ਦੀ ਲੋੜ ਹੈ ਤਾਂ ਅਸੀਂ ਬੈਂਕ ਮੁਲਾਜ਼ਮਾਂ ਅੱਗੇ ਉਹਨਾਂ ਦੀ ਯੂਨੀਅਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਸਾਥ ਦਿੱਤਾ ਜਾਏ ਅਤੇ ਸਾਨੂੰ ਇਨਸਾਫ਼ ਸਰਕਾਰ ਤੋਂ ਲੈ ਕੇ ਦਿੱਤਾ ਜਾਏ।